बिस्मिल्लाहिर्रहमानिर्रहीम अस्सलाम रहीम कैसी है मेरी यूट्यूब फैमिली उम्मीद है कि आप सब हैरियसें होंगे चले जी आज करते वीडियो का आगाज़ ऐसा सब तो पहले मैं बना लगी सा मैं नहीं मेरिया बेटिया ए पट्टियां आईया सन पफ अगू तो अगे तो लै आई दे, दे सन असी उतु पाकिस्तानी दुकान तो ए पट्टियाँ घर ही सन कलो जी ट्राइया मारने मैं क्या घर बना लो पाकिस्तानी दुकाना जरा साढ़े घर तू थोड़िया हटके ने तो ये गारी बना रही थी मेरी बेटियाँ तो ये देखे जी ये जो है ना बड़े मजे के बने थे पप है बाजार ना ज्यादा मजे से बने सा जे ए है जी सब तो पहला एक पट्टी उन्होंने नीचे बिछा ली है ऐ दो पट्टिया सन है दो ही पइया सन देर द डेट खत्म होने वाली सी मैं क्या चलो बना के ते करो ऐम जाया करनी है आय, आयल नहीं लगाना देसी घी लगाया सबसे पहले मेरी बेटी ने ऊपर से ये जो सारी ना जो है चीनी ये डाल दी है इसको डस्ट कर दे चीनी नू धूड़ छूड़ दो वो चीनी धूड़ देती तो वो जो है ना ऊपर से फिर दूसरी लेयर लगाएंगे ये देखें जी ऊपर से ही इसको बड़ा एहतियात से करना है ये बड़ी जल्दी वो जो है ना जहरी बात है फ्रिज में पड़े होते हैं तो जब निकालते हैं ना थोड़े मेल्ट होना भी शुरू हो जाती है पट्टी ना जरा एंजराल्मी भी हो जाती है तो ये देखें जी अब फिर ऊपर से देसी घी लगा रही है देसी घी लगा के तो फिर ऊपर से चीनी डस्ट करेगी ਫੇਰੇ ਇਹਨੂੰ ਜਿਹੜਾ ਨਾ ਵੇਖੋ ਅੱਗੂ ਕੀ ਕਰਦੀ ਏ ਮੈਂ ਵੀ ਤੇ ਹੁਣ ਵੀਡੀਓ ਹੀ ਬਣਾ ਵਾਈਜ਼ਓਵਰ ਕਰਨ ਵਕਤ ਹੀ ਮੈਂ ਵੇਖਦੀ ਪੀਸਾ ਕਿ ਨੇਰੀ ਵੀ ਬਣਾਈ ਹੋਈ ਏ ਵੀਡੀਓ ਇਹ ਦੇਖੇ ਜੀ ਇਸ ਕੋ ਐਸੇ ਕਰਕੇ ਨਾ ਉਸਨੇ ਨਾ ਜੋ ਹੈ ਨਾ ਕੱਟ ਸ਼ਟ ਲਗਾ ਲੀਏ ਐਸੇ ਕਰਕੇ ਕੱਟ ਵੱਡ ਲਿਆ ਐ ਵੇਖੋ ਬੜੀ ਇਤਿਆਤ ਸੇ ਇਹ ਮੈਂ ਕਰ ਰਹੀ ਸੀ ਸੱਚੇ ਐ ਮੇਰੇ ਹੱਥ ਆ ਗਏ ਸਜੇ ਐ ਵੇਖੋ ਜੀ ਐ ਉਹਨੋਰੇ ਕੋਲ ਨਹੀਂ ਸੀ ਉਹ ਜਿਸਾ ਹੁੰਦਾ ਨਹੀਂ ਸਿਰ ਤੂੰ ਪਾਣੀ ਲੰਗ ਜਾਏ ਆਪਣੇ ਉਤਾ ਉਤਾ ਕੰਮ ਹੋ ਜਾਂਦਾ ਹੈ फिर उन्हें मनु बुला लिया आप आ जाए ये देखे मैं कर रही हूँ साथ इसके हेल्प तो ये फिर भी जो है ना नुकरा रह गई सन है वेखो इन्हों बड़ी इत्यातना इधर उधर करना है खुला खुला करना है क्योंकि यह वेखो सारे हिल जुल गए सन ये देखे जी ये जो है ना तैयार हो गए हैं पफ तो यह जिन्हें तैयार सन हो कन कि बहुते ना हो जाना तो ये सात देखे बाकी के भी माशाल्लाह बिल्कुल रेडी हो गए हैं बड़े मजे के पफ बने थे ये और इसका अगर च पफ बन गए ने फिर चाय जाए तो बनता है ना फिर पूरा ए वेखो नीचे भी ना बड़े अच्छे पक गए सन माशाला माशाला तो ये देखे जी माशाला हो गया हमारा जो है ना चाय के साथ पफ तैयार है वेखो जी ए फिर उत्तु खुल गया बड़ा अच्छा अंदर से भी सही पक गए हुए थे सही क्रिस्पी बने थे बाजार जैसे ना तो यह भी बना के असी अपना शौक पूरा कर लिया सी पफ खाने का पफ जो ना दाल चाय बना ली सी ਤੇ ਚਾਹ ਸ਼ਾਇ ਖਾ ਪੀ ਕੇ ਤੋਂ ਜੋ ਹੈ ਨਾ ਦਿਲ ਕਰ ਰਹਾ تھا ਕਈ ਬਾਹਰ ਜਾਣੇ ਕੋ ਬਾਹਰ ਕਿਤੇ ਜਾਣਾ ਸਜੇ ਬਸ ਹੈ ਕਿ ਮੇਰੀ ਬੇਟੀ ਦੀਆਂ ਕੁਝ ਚੀਜ਼ਾਂ ਰੈਂਦੀਆਂ ਸਨ ਉਹ ਲੈਣੀਆਂ ਸਨ ਸਕੂਲ ਦੀਆਂ ਵੱਡੀ ਵੀ ਮੇਰੀ ਬੇਟੀ ਦੀਆਂ ਲੀਸੇ ਦੀਆਂ ਉਹ ਲੈਣੀਆਂ ਸਨ ਉਸ ਤੋਂ ਪਹਿਲਾਂ ਜੀ ਇਹ ਜਿਹੜਾ ਜੀ ਹੋ ਗਈ ਜੀ কুরਕਰੇ ਪਾਰਟੀ ਨਾ কুরਕਰੇ ਟਾਈਮ ਹੋ ਗਿਆ ਇਹ ਪਾਕਿਸਤਾਨੀ ਦੁਕਾਨ ਤੋਂ ਆਏ ਸਨ কুরਕਰੇ ਐ ਵੇਖੋ ਜੀ ਇਹ ਕੁਰਕਰੇ ਆਏ ਸਨ ਇਹ ਪਾਕਿਸਤਾਨ ਦੀ ਸਭ ਤੋਂ ਮੇਨ ਸੁਗਾਤ ਭਾਵੇਂ ਇੱਥੇ ਦੀਆਂ ਜਿੰਨੀਆਂ ਮਰਜ਼ੀ ਚਿਪਸਾਂ ਲਿਆਉਣਾ ਪਾਕਿਸਤਾਨੀ ਦੁਕਾਨ ਤੋਂ ਬੱਚਿਆਂ ਦਾ ਇਹ ਹੀ ਹੁੰਦਾ ਹੈ ਕੁਰਕਰੇ ਲਿਆਉ ਉਹ ਸੁਪਰ ਬਿਸਕਟ ਲਿਆਉ ਨਾਸਪਾਨ ਮਸਾਲੇ ਲਿਆਉਣਾ ਜੇ ਪਾਕਿਸਤਾਨੀ ਦੁਕਾਨ ਤੇ ਗਏ ਹੋਤੇ ਉਹ ਨਾਸਪਾਨ ਮਸਾਲੇ ਵੀ ਆਏ ਕੋਈ ਨਹੀਂ ਸਨ ਆਏ ਹੋਏ ਸ਼ਾਹੀ ਮੇਵੇ ਸਨ ਉੱਥੇ ਹੋਰੇ ਤੇ ਫਿਰ ਕੁਰਕਰੇ ਆ ਗਏ ਸਨ ਤੇ ਜਾਂ ਸੁਪਰ ਬਿਸਕਟ ਖਾਣੇ ਆ ਜਾਂ ਗਾਲਾ ਖਾਣੇ ਆ ਜਿਹਦੇ ਹੁੰਦੀ ਹੈ ਜੀ ਇਥੂ ਦੇ ਬਿਸਕਟਾਂ ਦੇ ਨਿਸਬਤ ਜਿਹੜਾ ਨਾ ਪਾਕਿਸਤਾਨੀ ਚੀਜ਼ਾਂ ਨੂੰ ਜ਼ਿਆਦਾ ਅਹਿਮੀਅਤ ਬੱਚੇ ਦਿੰਦੇ ਨੇ ਕਿ ਉਹ ਮਜ਼ੇਕੀਆ ਜ਼ਿਆਦਾ ਮਜ਼ੇਕੀਆ ਉਹ ਨਾ ਉਹ ਸੁਗਾਤ ਸਮਝ ਕੇ ਬੱਚੇ ਹੁਸ਼ ਹੋ ਜਾਂਦੇ ਨੇ ਐ ਵੇਖੋ ਜੀ ਖੋਲ ਕੇ ਸਾਰਾ ਪੀਵਾ ਹਾਂਦੀਆਂ ਨੇ ਨਾ ਫਿਰ ਅਸੀਂ ਨਿਕਲ ਗਏ ਜੀ ਤਿਆਰੀ ਫੜ ਕੇ ਅੱਗੇ ਤਾਂੜੀ ਬਾਜੀ ਜਾਂਦੀ ਹੈ ਲੋਕਲ ਤੇ ਅੱਜ ਬਾਜੀ ਤਾਂ ਗਈ ਹੈ ਤੁਹਾਡੇ ਪਾਏ ਜਾਂਦੇ ਨਾਲ ਬੱਚੇ ਵੀ ਬੱਚੇ ਵੀ ਬੜੇ ਐਕਸਾਈਟਿਡ ਸਨ ਕਿ ਅੱਜ ਪਾਪਾ ਹੱਥੇ ਚੜ ਗਏ ਨੇ ਤੋ ਜੋ ਐਨਾ ਫਿਰ ਇਹ ਹਮ ਬੈਠ ਕੇ ਗਾੜੀ ਮੇ ਨਹੀਂ ਤੇ ਮੈਂ ਅੱਗੇ ਤੁਹਾਨੂੰ ਕਦੀ ਆਪਣੀ ਗੱਡੀ ਵੀ ਨਹੀਂ ਵਹਾਈ ਐਸ ਤੋਂ ਹੀ ਨਹੀਂ ਵਹਾਈ ਹੈ ਕਿ ਗੱਡੀ ਜਿਹੜੀ ਸਾਡੀ ਖਰਾਬ ਸੀ ਤੇ ਅਲਹਮਦੁਲਿਲਾ ਅਲਹਮਦੁਲਿਲਾ ਹੋ ਗਈ ਗੱਡੀ ਸਹੀ ਤੇ ਤੁਹਾਡੇ ਪਾਏ ਜਨੂ ਵੀ ਛੁੱਟੀਆਂ ਹੋਈਆਂ ਸਨ ਤੇ ਉਹਨਾਂ ਨੇ ਵੀ ਕਿਹਾ ਚਲੋ ਜਿਹੜੀਆਂ ਚੀਜ਼ਾਂ ਰਹਿੰਦੀਆਂ ਨੇ ਮੈਂ ਕਿਹਾ ਹੁਣ ਨਾ ਨਾ ਕਰੋ ਹੁਣ ਗੱਡੀ ਤੇ ਹੁੰਦੇ ਆ ਸੁੰਦੇ ਆ ਫਿਰ ਵੀ ਅਸੀਂ ਲੋਕਲ ਜਾਈਏ ਚਲੋ ਤੁਸੀਂ ਕੰਮ ਤੇ ਹੋ ਫਿਰ ਤੇ ਜਾਣਾ ਬੰਦਾ ਸਾਡਾ ਲੋਕਲ ਨਾ ਕਹਿੰਦੇ ਨੇ ਚਲੋ ਆਜੋ ਤੁਹਾਨੂੰ ਮੈਂ ਲੈ ਜਾਣਾ ਵਾ ਨਾ ਫੇਰ ਆ ਸਾਨੂੰ ਲੈ ਗਏ ਪਾਗੀ ਨੂੰ ਕੈਰਾਫੋਰ ਉੱਥੇ ਲੈਣੀਆਂ ਸਾਂ ਜੇ ਇਹਨਾਂ ਨੇ ਆਪਣੇ ਕੋਈ ਕੈਲਕੂਲੇਟਰ ਵਗੈਰਾ ਸਕੂਲ ਦੀਆਂ ਜਿਹੜੀਆਂ ਕੋਈ ਚੀਜ਼ਾਂ ਇੱਕ ਦੋ ਰਹਿ ਗਈਆਂ ਸਨ ਕਾਪੀਆਂ ਰਹਿ ਗਈਆਂ ਸਨ ਮੇਰੀ ਵੱਡੀ ਬੇਟੀ ਦੀ ਹੋਰੀ ਲਿਸਟ ਬਾਅਦ ਚੁਾਈ ਸੀ ਤੇ ਉਹ ਅਸੀਂ ਲਈ ਇਹ ਉਥੋਂ ਜਿਹੜਾ ਜੇ ਫਿਰ ਟੋਰ ਕੇ ਸੀ ਵਾਪਸ ਆਏ ਮਾਸ਼ਾਅੱਲਾ ਮੌਸਮ ਬੜਾ ਅੱਛਾ ਸੀ ਐ ਵੇਖੋ ਤੁਹਾਨੂੰ ਬੱਦਲ ਵੀ ਨਜ਼ਰ ਆਂਦੇ ਹੋਣਗੇ ਇਹ ਜੋ ਹੈ ਨਾ ਮੇਰੀ ਬੇਟੀਆਂ ਬੜੀ ਇੰਜੋਏ ਕਰ ਰਹੀ ਸੀ ਕਿ ਪਾਪਾ ਕੇ ਸਾਥ ਆਈਆਂ ਛੋਟੀਆਂ ਨਾ ਉੰਜ ਜਾਨਤੂ ਨਾਲ ਬੜਾ ਕਤਰਾਂਦੀਆਂ ਨੇ ਕਿ ਬਸ ਮੇ ਇਤਨਾ ਰਸ ਹੁੰਦਾ ਇਤਨਾ ਰਸ ਹੁੰਦਾ ਹੈ ਗਰਮੀ ਵੀ ਹੁੰਦੀ ਹੈ ਤੋ ਪਾਪਾ ਕੇ ਸਾਥ ਜਾਣਾ ਇੱਥੇ ਅੰਦਰ ਆਏ ਆਂ ਤੇ ਗਰਮੀ ਤੇ ਇੱਥੇ ਨਾਰਾਚ ਸੀ ਨਾਰਾਚ ਸੀ ਐਂਜ ਲੱਗਦਾ ਪਿਆ ਸੀ ਕਿ ਮੇਲਾ ਲੱਗੇ ਆ ਨਾ ਤੋ ਇਹ ਹਮ ਚੀਜ਼ੇ ਲੈ ਕੇ ਆਈਸਕ੍ਰੀਮ ਖਾ ਕੇ ਤੋ ਘਰ ਆ ਗਏ ਐ ਮੇਰੀਆਂ ਦੋਵਾਂ ਬੇਟੀਆਂ ਨੇ ਬਸ ਆਈਸਕ੍ਰੀਮ ਲਈ ਸੀ ਘਰ ਆਏ ਤੇ ਘਰ ਆ ਕੇ ਮੈਂ ਦਾਲ ਨੂੰ ਪੀ ਹੋਇਆ ਅਸੀਂ ਅੱਗੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਕਰੇਲੇ ਗੋਸ਼ਤ ਤੇ ਕਰੇਲੇ ਕੀਮਾ ਭਰੇ ਹੋਏ ਕਰੇਲੇ ਅੱਜ ਮੈਂ ਬਣਾਉਣ ਲੱਗੀਆਂ ਤੁਹਾਡੇ ਨਾਲ ਕਰੇਲਿਆਂ ਦਾ ਬੂਰ ਜਿਹਨੂੰ ਛਿਲਕੇ ਬੂਰ ਕਹਿੰਦੇ ਉਹ ਮੈਂ ਵੀ ਨਹੀਂ ਜਾਇਆ ਕਰਦੀ ਕਿਉਂਕਿ ਸਾਡੇ ਘਰ ਮੇਰੇ ਬੱਚਿਆਂ ਦੀ ਮੋਸਟ ਫੇਵਰਿਟ ਜਿਹੜੀ ਹੈ ਨਾ ਸਾਰੇ ਤੁਸੀਂ ਸਭ ਕਹੋਗੇ ਵੀ ਕਿ ਲੋਕਾਂ ਦੇ ਬੱਚੇ ਸਬਜ਼ੀ ਨਹੀਂ ਖਾਂਦੇ ਮੇਰੀਆਂ ਬੇਟੀਆਂ ਕarele ਖਾਂਦੀਆਂ ਨਹੀਂ ਐ ਲੇਕਿਨ ਕareleਆਂ ਦਾ ਬੂਰ ਦਾਲ 'ਚ ਪੱਕਿਆ ਹੋਏ ਉਹ ਫਿਰ ਉਹਨਾਂ ਨੂੰ ਸਭ ਨੂੰ ਬੜਾ ਪਸੰਦ ਹੈ ਆ ਥੋੜਾ ਸਾਰਾ ਮੈਂ ਪਿਆਜ਼ ਨੂੰ ਗੋਲਡਨ ਕੀਤਾ ਤੇ ਇਹਦੇ ਵਿੱਚ ਮੈਂ ਅਦਰਕ ਲਸਣ ਅਦਰਕ ਮੈਂ ਥੋੜਾ ਹੀ ਪਾਇਆ ਸੀ ਲਸਣ ਮੈਂ ਜ਼ਿਆਦਾ ਪਾਇਆ ਸੀ ਉਹ ਵੀ ਇਹ ਕਿ ਦਾਲ ਵਗੈਰਾ ਪੈਣੀ ਸੀ ਨਾ ਤੇ ਦਾਲ ਨੂੰ ਵੀ ਨਾ ਮੈਂ ਤਕਰੀਬਨ 2 ਕੁ ਘੰਟੇ ਦਾ ਭਿਓਏ ਆ ਸੀ ਤੇ ਦਾਲ ਖੜੀ ਖੜੀ ਰੱਖਣੀ ਹੈ ਵਿੱਚ ਨਹੀਂ ਮੈਂ ਪਕਾਈ ਸੀ ਜ਼ਿਆਦਾ ਮੈਂ ਉਹਨਾਂ ਦੀ ਖੜੀ ਖੜੀ ਬਸ ਰੱਖੀ ਸੀ ਕਿਉਂਕਿ ਇਹ ਦਾਲ ਦਾ ਨਾ ਵਿੱਚ ਖੜੀ ਖੜੀ ਦਾ ਮਜ਼ਾ ਆਂਦਾ ਹੈ ਤੋ ਇੰਨੇ ਮਜ਼ੇ ਦੀ ਇਹ ਹਾਂਡੀ ਬੰਦੀ ਏ ਇੰਨੇ ਮਜ਼ੇ ਦੀ ਕਿ ਜਿਰਾ ਕੋਈ ਸਾਬ ਨਹੀਂ ਮੈਂ ਸਾਢੇ ਘਰ ਤੇ ਇਹ ਮਾਸ਼ਾਅੱਲਾ ਮੇਰੇ ਬੱਚੇ ਬੜੇ ਹੁਸ਼ ਹੋ ਕੇ ਖਾਂਦੇ ਨੇ ਔਰ ਖਾਂਦੇ ਕੋਈ ਨਹੀਂ ਐ ਕਰੇਲੇ ਨਹੀਂ ਖਾਂਣਗੇ ਕਿ ਮੇਚ ਵੀ ਹੋਣਗੇ ਤੇ ਨਹੀਂ ਖਾਣੇ ਗੋਸ਼ਤ ਵੀ ਹੋਣਗੇ ਤੇ ਨਹੀਂ ਖਾਣੇ ਐਂ ਜੋ ਉਹਨਾਂ ਨੇ ਬੂਰ ਜਿਹੜਾ ਨਾ ਉਹ ਖਾ ਲੈਣਾ ਮੈਂ ਕਹਿਆ ਜਿਹੜਾ ਬੂਰ ਹੈ ਸਭ ਤੋਂ ਜ਼ਿਆਦਾ ਕੜਵਾ ਹੁੰਦਾ ਵੇ ਪਰ ਨਹੀਂ ਇੱਥੇ ਮੈਂ ਬਣਾਉਂਦੀ ਆਂ ਜਾਂ ਕਿ ਬਿਲਕੁਲ ਕੜਵਾ ਨਹੀਂ ਹੁੰਦਾ ਐ ਮੈਂ ਬਿਲਕੁਲ ਆਮ ਸਾਰੇ ਜਿਹੜੇ ਮਸਾਲੇ ਹੁੰਦੇ ਨੇ ਸੁੱਕਾ ਧਨੀਆਂ ਜੀਰਾ ਹਲਦੀ ਨਮਕ ਮਿਰਚਾ ਪਾ ਪੂ ਕੇ ਤੇ ਜਿਹੜਾ ਨਾ ਇਹਨਾਂ ਨੂੰ ਮਸਾਲੇ ਨੂੰ ਨਾ ਜ਼ਿਆਦਾ ਮੈਂ ਮਸਾਲੇ ਨੂੰ ਵੀ ਨਹੀਂ ਸੀ ਕੀਤਾ ਕਿ ਜਿਹੜਾ ਮੈਂ ਬਿਲਕੁਲ ਉਹਨੂੰ ਨਾ ਬਰੀਕ ਸਾਰਾ ਕਰਾ ਐਰੇ ਚ ਖੜੇ ਖੜੇ ਮਸਾਲਿਆਂ ਦਾ ਵੀ ਮਜ਼ਾ ਆਂਦਾ ਹੈ ਤੇ ਦਾਲ ਦੇ ਵਿੱਚ ਮੈਂ ਮੋਟੀ ਲਾਚੀ ਤੇ ਦਾਰਚੀਨੀ ਪਾ ਕੇ ਤੇ ਉਹਨਾਂ ਨੂੰ ਉਬਾਲ ਲਿਆ ਸੀ ਇਹ ਉਤੋਂ ਪਾਈਆਂ ਸਬਜ਼ ਮਿਰਚਾਂ ਤੇ ਨਾਲ ਹੀ ਮੈਂ ਸ਼ਾਮਿਲ ਕਰਾਂਗੀ ਦਾਲ ਐ ਵੇਖੋ ਜੀ ਦਾਲ ਮੈਂ ਕੱਢੀ ਐ ਮੈਂ ਤੁਹਾਨੂੰ ਮਹਾਨੀਆਂ ਕਿ ਦਾਲ ਮਨ ਨੂੰ ਕਿੰਨੀ ਕੁ ਡਾਂ ਚਾਹੀਦੀ ਸੀ ਐ ਵੇਖੋ ਦਾਲੀ ਚ ਥੋੜੀ ਸਾਰੀ ਕੰਨੀ ਜੀ ਨੂੰ ਕਹੀ ਦੀ ਐ ਨਾ ਕੰਨੀਆਂ ਐ ਵੇ ਐ ਮੈਂ ਥੋੜਾ ਸਾਰਾ ਪਹਿਲੇ ਇਹਨੂੰ ਪਾ ਕੇ ਬੂਰ ਨੂੰ ਭੁੰਨ ਲਾਂਗੀ ਤੇ ਐ ਇੰਨੀ ਕੋ ਮਜ਼ੇ ਦੀ ਹਾਂਡੀ ਬਣਦੀ ਐ ਨਾ ਕਿ ਜਿਹੜਾ ਨਾ ਤੁਸੀਂ ਤਿੰਨ ਟਾਈਮ ਵੀ ਕਹੋ ਨਾ ਇਹਨਾਂ ਨੂੰ ਤੇ ਇਹ ਤਿੰਨ ਟਾਈਮ ਵੀ ਖਾ ਲੰਗੇ ਛਿਲਕੇ ਔਰ ਦਾਲ ਐ ਨਹੀਂ ਕਹਿੰਦੀਆਂ ਬੂਰ ਤੇ ਦਾਲ ਆ ਕਹਿੰਦੀਆਂ ਛਿਲਕੇ ਔਰ ਦਾਲ ਵਾਲੀ ਜੋ ਹੈ ਨਾ ਉਹ ਬਣਾ ਲਓ ਤੇ ਐ ਮਾਸ਼ਾਅੱਲਾ ਬੜੀ ਮਜ਼ੇ ਦੀ ਹਾਂਡੀ ਬਣੀ ਸਜੇ ਤੇ ਮੈਨੂੰ ਹੁਦ ਬੜੀ ਪਸੰਦ ਆ ਬਣੀ ਵੈਸੇ ਕਾਫੀ ਢੇਰ ਬਾਅਦ ਹੈ ਸਾਡੇ ਘਰ ਅੱਗੇ ਮੈਂ ਬਣਾਨੀ ਆ ਜ਼ਿਆਦਾ ਜਲਦੀ ਬਣਾ ਲੈਂਦੀ ਹੁੰਦੀ ਸਾਂ ਐਸ ਵਫਾ ਜਿਹੜਾ ਨਾ ਮੂੰ ਨੂੰ ਕੋਈ ਸਮਝ ਨਹੀਂ ਸੀ ਆਂਦੀ ਪੀ ਛਿਲਕੇ ਮੈਂ ਰੱਖੇ ਵੀ ਸਨ ਤੇ ਨਹੀਂ ਵੀ ਸਨ ਉਹ ਲੱਭੇ ਕੋ ਨਹੀਂ ਐ ਫਿਰ ਜਿਹੜੇ ਮੈਂ ਹੁਣ ਅਗਲੇ ਦਿਨ ਭਰੇ ਨਿਕਰੇਲੇ ਉਹਨਾਂ ਦੇ ਮੈਂ ਉਤਾਰੇ ਸਨ ਮੈਂ ਕਿਹਾ ਫਿਰ ਤਾਜ਼ੇ ਤਾਜ਼ੇ ਪਕਾਣਾ ਕਿੰਨੀ ਦੇਰ ਦੇ ਮੇਰੇ ਬੱਚੇ ਪਿੱਛੇ ਪੇ ਨੇ ਕਿ মামਾ ਇਹ ਬਣਾਏ ਇਹ ਬਣਾਏ ਐ ਵੇਖੋ ਜੀ ਅਸੀਂ ਹੁਣ ਘਰ ਦਿੱਤੀ ਜੇ ਦਾਲ ਵਿੱਚ ਪਾ ਦਿੱਤੀਏ ਇਹਨੂੰ ਮੈਂ ਪਾਣੀ ਸ਼ਾਣੀ ਥੋੜਾ ਸਾਰਾ ਉਹ ਹੀ ਜਿਹੜਾ ਦਾਲ ਦਾ ਪਾਣੀ ਹੈ ਨਾ ਉਹੀ ਥੋੜਾ ਸਾਰਾ ਲਗਾ ਕੇ ਰੱਖਾਂਗੀ ਲੇਕਿਨ ਉਹਨ ਮੈਂ ਰਖਣਾ ਨਾ ਇਹ ਨਹੀਂ ਕਰਨਾ ਕਿ ਜ਼ਿਆਦਾ ਨਰਮ ਦਾਲ ਨਹੀਂ ਕਰਨੀ ਉਹ ਨਹੀਂ ਖਾਦੀ ਜਾਂਦੀ ਨਾ ਤੇ ਮੈਂ ਇਹ ਬਿਲਕੁਲ ਸਿੰਪਲ ਸਾਰੀ ਮੇਰੀ ਹਾਂਡੀ ਸੀ ਸਿੰਪਲ ਸਾਰਾ ਖਾਣਾ ਸੀ ਤੇ ਜਿਹੜੇ ਮੇਰੀ ਵੀਡੀਓ ਤੇ ਨਵੇਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਮੇਰੀ ਵੀਡੀਓ ਨੂੰ ਵਾਚ ਕਰਨ ਕਰਨ ਇਹ ਵੇਖੋ ਜੀ ਰੋਟੀ ਚੋ ਪੜ ਲਈ ਤੇ ਖਾਣਾ ਤਿਆਰ ਹੋ ਗਿਆ ਤੁਹਾਡੇ ਭਾਜਨ ਨੂੰ ਦੇਣ ਲੱਗੀਆਂ ਖਾਣਾ ਫਿਰ ਇਨਸ਼ਾਅੱਲਾ ਜਲਦੀ ਮਿਲਾਂਗੀ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਅੱਲਾ ਹਾਫੀਜ਼